ਅੱਜ ਪੀਜ਼ੇ ਬਰਗਰਾਂ ਤੱਕ ਦੀ ਗੱਲ ਜਿਹੜੀ ਆ ਉਹ ਉੱਥੋਂ ਦੇ ਲੰਗਰ ਆਪਣੇ ਆਪ ਨੂੰ ਕਹਿ ਰਹੇ ਨਿਵੇਕਲੇ ਲੰਗਰ, ਪਹਿਲਕਦਮੀ ਕੀਤੀ ਹੈ। ਪਹਿਲਕਦਮੀ ਹੋਰ ਤਰੀਕੇ ਦੇ ਹੋ ਸਕਦੀ ਆ ਪਰ ਨਿਵੇਕਲਾ ਨਹੀਂ ਹੋ ਸਕਦਾ ਲੰਗਰ ਇਹ। ਇਸ ਕਰਕੇ ਜਿੱਦਾਂ ਦਾ ਤੁਸੀਂ ਸੰਗਤ ਨੂੰ ਪਰੋਸ ਰਹੇ ਹੋ ਉੱਦਾਂ ਦਾ ਉਹਨਾਂ ਦਾ ਮਨ ਬਣ ਜਾਣਾ ਮੇਰੇ ਵੀਰੋ। ਅੱਜ ਪੀਜ਼ੇ ਬਰਗਰਾਂ ਨੂੰ ਛੱਡ ਕੇ ਜੇ ਇਸ ਲੰਗਰ ਦੀ ਥੋੜ੍ਹੀ ਜਿਹੀ ਉਪਰਾਲਾ ਹੋਰ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਇਹੀ ਪੈਸਾ ਤਰੀਕੇ ਦੇ ਨਾਲ ਜਿਹੜਾ ਵਾ ਵਰਤਿਆ ਜਾਂਦਾ ਸੰਗਤ ਦੇ, ਅਤੇ ਮੇਰੇ ਖਿਆਲ ਨਾਲ ਜ਼ਿਆਦਾ ਵੱਡਿਆਂ ਭਾਗਾਂ ਵਾਲੇ ਲੋਕ ਨੇ ਜਾਣੇ ਸੀ। ਰਲ ਮਿਲ ਕੇ ਤੁਹਾਡੇ ਸਾਰੇ ਵੀਰਾਂ ਨੂੰ ਰਲ ਮਿਲ ਕੇ ਇਹਨਾਂ ਦੀ ਜਿਹੜਾ ਵਿਰੋਧ ਕਰਨ ਦੀ ਜ਼ਰੂਰਤ ਆ, ਤਾਂ ਜੋ ਇੱਦਾਂ ਦਾ ਕੋਈ ਹੋਰ ਬੰਦਾ ਉਪਰਾਲਾ ਨਾ ਕਰ ਪਵੇ, ਲੰਗਰ ਦੀ ਮਰਿਆਦਾ ਜਿਹੜੀ ਉਹਨੂੰ ਉਲੰਘਣਾ ਨਾ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਹੋਰ ਕਿੰਨਾ ਕਿੱਦਾਂ ਤਰੀਕੇ ਦੇ ਨਾਲ ਲੰਗਰਾਂ ਦੀ ਕਾੜਾ ਕੱਢ ਲੈਣੀਆਂ ਨੇ। ਜਦੋਂ ਤੁਸੀਂ ਕਿਤੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਮੇਰੇ ਭਰਾ, ਜਦੋਂ ਮਰਜ਼ੀ ਜੋ ਮਰਜ਼ੀ ਕਰੋ ਪਰ ਪਿੰਡਾਂ ਦੇ ਵਿੱਚ ਗੰਦੇ ਗਾਣੇ ਲਾ ਕੇ ਜਦੋਂ ਤੁਸੀਂ ਜਾਂਦੇ ਹੋ ਇਹਦੇ ਨਾਲ ਤੁਹਾਡਾ ਜਿਹੜਾ ਅਕਸ ਆ ਖਰਾਬ ਹੀ ਹੁੰਦਾ, ਉਹ ਪਰਮਾਤਮਾ ਵੀ ਤੁਹਾਡੇ ਦੇ ਖੁਸ਼ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਮਾਝੇ ਦੇ ਖਡੂਰ ਸਾਹਿਬ ਦੇ ਵਿੱਚ ਜਿਹੜੀ ਹੈ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੀ ਸੰਗਤ ਨਤਮਸਤਕ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਹੈ। ਜੀ ਹਾਂ, ਅੱਜ ਤੋਂ ਅਜੋਕੇ ਸਮੇਂ ਦੇ ਵਿੱਚ ਜਦੋਂ ਗੁਰੂ ਘਰ ਦੇ ਵਿੱਚ ਕੋਈ ਸਮਾਗਮ ਆਉਂਦਾ ਸੀ ਤਾਂ ਕਹਿੰਦੇ ਬੜੇ ਸਾਦੇ ਢੰਗ ਦੇ ਨਾਲ ਜਿਹੜੇ ਹੈ ਉਸ ਸਮੇਂ ਲੰਗਰ ਲੱਗਦੇ ਹੁੰਦੇ ਸੀ, ਅਤੇ ਸੰਗਤ ਦੇ ਮਨ ਦੇ ਵਿੱਚ ਵੀ ਇੱਕ ਗੱਲ ਹੁੰਦੀ ਸੀ ਕਿ ਗੁਰੂ ਘਰ ਜਾਣਾ, ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਅਤੇ ਇਤਿਹਾਸ ਤੋਂ ਜਾਣੂ ਹੋਣਾ। ਲੇਕਿਨ ਦੋਸਤੋ, ਅੱਜ ਕੱਲ੍ਹ ਬਿਲਕੁਲ ਉਸਦੇ ਉਲਟ ਹੈ। ਅੱਜ ਕੱਲ੍ਹ ਗੁਰੂ ਘਰ ਜਾਣਾ, ਬੁਲਟ ਦੇ ਪਟਾਕੇ ਮਰਾਉਣੇ, ਵੱਡੇ ਵੱਡੇ ਟਾਇਰ ਜਿਹੜੇ ਹੈ ਉਹ ਗੱਡੀਆਂ ਮੋਟਰਸਾਈਕਲਾਂ ਨੂੰ ਲਾਉਣੇ ਅਤੇ ਝੰਡੇ ਲਗਾ ਕੇ ਗਾਣੇ ਲਗਾ ਕੇ ਜਿਹੜਾ ਉੱਚੀ ਉੱਚੀ ਸਪੀਕਰ ਲਗਾ ਕੇ ਜਾਣ ਦੇ, ਇਹ ਇੱਕ ਨਵੀਂ ਰਵਾਇਤ ਵੀ ਪਈ ਹੈ। ਤਾਂ ਉਸ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਦਵਿੰਦਰ ਸਿੰਘ ਜੀ, ਸੰਤ ਸਿਪਾਹੀ ਗਰੁੱਪ ਲੁਧਿਆਣੇ ਵਾਲੇ ਮੌਜੂਦ ਨੇ। ਤਾਂ ਗੱਲਬਾਤ ਕਰਕੇ ਜਾਣ ਲੈਂਦੇ ਹਾਂ ਕਿ ਭਾਵਨਾ ਕੀ ਨੇ ਅਤੇ ਸੰਗਤ ਅਤੇ ਪੰਗਤ ਇਹ ਕਿਸ ਤਰੀਕੇ ਨਾਲ ਵੇਖਦੇ ਆ ਕਿ ਜਿਹੜਾ ਅੱਜ ਕੱਲ੍ਹ ਗੁਰੂ ਘਰ ਦੇ ਵਿੱਚ ਜਿਹੜੇ ਹੈ ਉਹ ਕੁਝ ਸੰਤਾਂ ਮਹਾਂਪੁਰਖਾਂ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੋਲਡ ਡਰਿੰਕ ਤੋਂ ਲੈ ਕੇ ਪੀਜ਼ਾ ਬਰਗਰ ਆਦਿ ਸ਼ਾਮਿਲ ਹਨ। ਤਾਂ ਉਸਨੂੰ ਕਿਵੇਂ ਵੇਖਦੇ, ਕਿੰਨਾ ਕੁ ਸਹੀ ਮੰਨਦੇ, ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਹਾਂਜੀ ਭਾਈ ਸਾਹਿਬ ਜੀ, ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ। ਮਹਾਰਾਜ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ 450 ਸਾਲਾਂ ਸ਼ਤਾਬਦੀ ਜਿਹੜੀ ਹੈ ਦਿਵਸ ਚੱਲ ਰਿਹਾ, ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ ਦੇਸ਼ਾਂ ਵਿਦੇਸ਼ਾਂ 'ਚੋਂ ਵੀ, ਪੰਜਾਬ 'ਚੋਂ ਵੀ, ਕਿਵੇਂ ਵੇਖਦੇ ਹੋ ਲੰਗਰ ਅਤੇ ਪੰਗਤ ਦੀ ਪ੍ਰਥਾ ਨੂੰ ਲੈ ਕੇ? ਮੈਂ ਚਾਹਾਂਗਾ ਜ਼ਰੂਰ ਇਸ 'ਤੇ ਵਿਸਥਾਰ ਦੇ ਨਾਲ ਜਿਹੜੇ ਆ ਉਹ ਦੱਸਿਆ ਜਾਵੇ ਜੀ। ਦੇਖੋ ਵੀਰ ਜੀ, ਇਹ ਜਨਮ ਸ਼ਤਾਬਦੀ ਸਾਡੇ ਜੀਵਨ ਕਾਲ ਦੇ ਵਿੱਚ ਆ ਰਹੀ ਹੈ ਅਤੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਜੀ ਜੀ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਸੰਗਤ ਆ ਉਹ ਨਤਮਸਤਕ ਹੋਣ ਲਈ ਆ ਰਹੀ ਹੈ। ਤੁਸੀਂ ਗੱਲ ਕੀਤੀ ਲੰਗਰਾਂ ਦੀ, ਉੱਥੇ ਪਹਿਲਾਂ ਪੰਗਤ ਅਤੇ ਫਿਰ ਸੰਗਤ ਦਾ ਜਿਹੜਾ ਸਿਧਾਂਤ ਆ ਗੁਰੂ ਸਾਹਿਬ ਨੇ ਮੁੱਢ ਉੱਥੋਂ ਵੱਜਿਆ ਸੀ, ਅਤੇ ਅੱਜ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸੰਗਤ ਤਾਂ ਉਹੀ ਹੈ ਪਰ ਸੰਗਤ ਦੀ ਰੰਗਤ ਹੋਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਪੀਜ਼ੇ ਬਰਗਰਾਂ ਤੱਕ ਦੀ ਗੱਲ ਜਿਹੜੀ ਆ ਉਹ ਉੱਥੋਂ ਦੇ ਲੰਗਰ ਆਪਣੇ ਆਪ ਨੂੰ ਕਹਿ ਰਹੇ ਨਿਵੇਕਲੇ ਲੰਗਰ, ਪਹਿਲਕਦਮੀ ਕੀਤੀ ਹੈ। ਪਹਿਲਕਦਮੀ ਹੋਰ ਤਰੀਕੇ ਦੇ ਹੋ ਸਕਦੀ ਆ ਪਰ ਨਿਵੇਕਲਾ ਨਹੀਂ ਹੋ ਸਕਦਾ ਲੰਗਰ ਇਹ। ਇਹ ਆਪਣਾ ਪੰਜਾਬੀ ਹਾਂ ਅਤੇ ਸਾਡੇ ਪੰਜਾਬੀਆਂ ਦੀ ਇੱਕ ਨਾ ਕਹਾਵਤ ਬੜੀ ਮਸ਼ਹੂਰ ਆ ਕਿ ਜੈਸਾ ਅੰਨ ਵੈਸਾ ਮਨ। ਅਸੀਂ ਆਪਣੇ ਭੈਣ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ ਦੇ ਕੀ ਰਹੇ ਹਾਂ? ਕਦੇ ਡੂੰਘਾਈ ਨਾਲ ਸੋਚਿਆ ਨਾ ਲੋਕਾਂ ਨੇ? ਕਦੇ ਨਹੀਂ ਸੋਚਿਆ। ਸਾਦਾ ਭੋਜਨ ਅਤੇ ਸਾਦਾ ਜਿਹੜਾ ਲਿਬਾਸ ਗੁਰੂ ਸਾਹਿਬ ਨੇ ਸਾਨੂੰ ਕਿਹਾ
ਕਿ ਤੁਸੀਂ ਉਹਨੂੰ ਅਪਣਾਓ ਅਤੇ ਹਮੇਸ਼ਾ ਖੁਸ਼ ਰਹੋਗੇ ਤੁਸੀਂ। ਪਰ ਅਸੀਂ ਜਿਹੜਾ ਪੀਜ਼ੇ ਬਰਗਰ ਖਵਾ ਕੇ ਕੋਲਡ ਡਰਿੰਕ ਪਿਆ ਕੇ ਜਿਹੜੀ ਅੱਜ ਘਰ ਘਰ ਦੇ ਵਿੱਚ ਸ਼ੂਗਰ ਭਾਜੀ ਘਰ ਕਰ ਗਈ ਹੈ, ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਵਾ ਜਿਹੜੀਆਂ ਉਹ ਜਿਹੜੀਆਂ ਵਾ ਸਾਡੇ ਘਰਾਂ ਦੇ ਵਿੱਚ ਘਰ ਕਰ ਗਈਆਂ ਨੇ। ਸਾਨੂੰ ਖਾਣੇ ਨੂੰ ਪਕਾ ਕੇ ਖਾਣ ਦੀ ਹਦਾਇਤ ਦਿੱਤੀ ਸੀ। ਤੁਸੀਂ ਲੰਗਰ ਪ੍ਰਾਰਥਨਾ ਦੇਖਿਆ ਸੀ, ਇੱਥੇ ਭਾਈ ਮੰਝ ਵਰਗੀਆਂ ਨੇ ਸਿਰਾਂ ਦੇ ਵਿੱਚ ਜਿਹੜਾ ਵਾ ਉਹ ਖੂਹ ਦੇ ਵਿੱਚ ਡਿੱਗ ਪਏ, ਪਰ ਉਹਨਾਂ ਨੇ ਸਿਰ ਦੇ ਉੱਪਰ ਜਿਹੜਾ ਵਾ ਅਸੀਂ ਲੱਕੜਿਆਂ ਦੀ ਪੰਡ ਡਿੱਗਣ ਨਹੀਂ ਸੀ ਦਿੱਤੀ। ਇਹ ਸ਼ਰਧਾ ਸੀ ਲੰਗਰ ਦੇ ਪ੍ਰਤੀ, ਕਿਉਂਕਿ ਸੰਗਤ ਨੇ ਲੰਗਰ ਖਾਣਾ ਸੀ। ਉਹ ਜਦੋਂ ਤੁਸੀਂ ਸ਼ਰਧਾ ਦੇ ਨਾਲ ਸੰਗਤ ਵਾਸਤੇ ਲੰਗਰ ਤਿਆਰ ਕਰਦੇ ਹੋ ਤਾਂ ਉਹ ਕਿਤੇ ਨਾ ਕਿਤੇ ਪਰਮਾਤਮਾ ਵੀ ਖੁਸ਼ ਹੁੰਦਾ। ਫਿਰ ਗੁਰੂ ਸ਼ੀਨ ਦੇ ਨਾਲ ਆ ਕੇ ਜਿਹੜਾ ਵਾ ਨਿਵਾਜਦਾ ਵੀ ਆ, ਪਾਤਸ਼ਾਹੀਵੇਂ ਨਿਵਾਜਦਾ। ਇਸ ਕਰਕੇ ਜਿੱਦਾਂ ਦਾ ਤੁਸੀਂ ਸੰਗਤ ਨੂੰ ਪਰੋਸ ਰਹੇ ਹੋ ਉੱਦਾਂ ਦਾ ਉਹਨਾਂ ਦਾ ਮਨ ਬਣ ਜਾਣਾ ਮੇਰੇ ਵੀਰੋ। ਅੱਜ ਪੀਜ਼ੇ ਬਰਗਰਾਂ ਨੂੰ ਛੱਡ ਕੇ ਜੇ ਇਸ ਲੰਗਰ ਦੀ ਥੋੜ੍ਹੀ ਜਿਹੀ ਉਪਰਾਲਾ ਹੋਰ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਇਹੀ ਪੈਸਾ ਤਰੀਕੇ ਦੇ ਨਾਲ ਜਿਹੜਾ ਵਾ ਵਰਤਿਆ ਜਾਂਦਾ ਸੰਗਤ ਦੇ, ਅਤੇ ਮੇਰੇ ਖਿਆਲ ਨਾਲ ਜ਼ਿਆਦਾ ਵੱਡਿਆਂ ਭਾਗਾਂ ਵਾਲੇ ਲੋਕ ਗਿਣੇ ਜਾਣੇ ਸੀ। ਪਰ ਕਿਤੇ ਨਾ ਕਿਤੇ ਅੱਜ ਇਹ ਚਾਰ ਇੱਕ ਵਿਊ ਜ਼ਰੂਰ ਲੈ ਰਹੇ ਆ, ਪਰ ਸੰਗਤ ਦੇ ਕਿਤੇ ਨਾ ਕਿਤੇ ਜਿਹੜੀਆਂ ਲਾਹਨਤਾ ਦੇ ਪਾਤਰ ਵੀ ਬਣ ਰਹੇ ਆ। ਇਹ ਆਪਣੇ ਆਪ ਨੂੰ ਕਹਿ ਰਿਹਾ ਕਿ ਨਿਵੇਕਲਾ ਲੰਗਰ ਪਹਿਲ ਕਦਮੀ, ਭਾਈ ਬੇਨਤੀ ਆ ਵੀ ਇਹ ਪਹਿਲਾ ਅਤੇ ਆਖਰੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤਾਂ ਧਿਆਨ ਦੇਵੇ, ਅਕਾਲ ਤਖਤ ਦੇ ਜਿੱਦਾਂ ਜਿਹੜੇ ਧਿਆਨ ਦੇਣ, ਖਾਸ ਕਰਕੇ ਵੀ ਜਿਹੜੀ ਲੰਗਰ ਦੀ ਮਰਿਆਦਾ ਉਹਦੀ ਉਲੰਘਣਾ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਕਰਕੇ ਮੇਰੇ ਵੀਰ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਹੜਾ ਨਾ ਰਲ ਮਿਲ ਕੇ, ਤੁਹਾਡੇ ਸਾਰੇ ਵੀਰਾਂ ਨੂੰ ਰਲ ਮਿਲ ਕੇ ਇਹਨਾਂ ਦੀ ਜਿਹੜਾ ਵਿਰੋਧ ਕਰਨ ਦੀ ਜ਼ਰੂਰਤ ਆ, ਤਾਂ ਜੋ ਇੱਦਾਂ ਦਾ ਕੋਈ ਹੋਰ ਬੰਦਾ ਉਪਰਾਲਾ ਨਾ ਕਰ ਪਵੇ, ਲੰਗਰ ਦੀ ਮਰਿਆਦਾ ਜਿਹੜੀ ਉਹਨੂੰ ਉਲੰਘਣਾ ਨਾ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਹੋਰ ਕਿੰਨਾ ਕਿੱਦਾਂ ਤਰੀਕੇ ਦੇ ਨਾਲ ਲੰਗਰਾਂ ਦੀ ਕਾੜਾ ਕੱਢ ਲੈਣੀਆਂ ਨੇ ਮੇਰੇ ਵੀਰ ਜੀ। ਜ਼ਰੂਰ ਪੁੱਛਣਾ ਚਾਹਾਂਗਾ ਭਾਈ ਸਾਹਿਬ ਜੀ ਕਿ ਜਿੱਥੇ ਹੁਣ ਸੰਗਤ ਜਦੋਂ ਗੁਰੂ ਘਰ ਵੱਲ ਜਾਂਦੀ ਹੈ ਆਪਣੇ ਬੱਚਿਆਂ ਦੇ ਨਾਲ, ਤਾਂ ਬੱਚਿਆਂ ਨੂੰ ਇਤਿਹਾਸ ਭਾਵੇਂ ਨਾ ਪਤਾ ਹੋਵੇ ਪਰ ਉਹਨਾਂ ਨੂੰ ਲੰਗਰ ਦਾ ਜ਼ਰੂਰ ਪਤਾ ਹੁੰਦਾ ਕਿ ਕਿਹੜਾ ਲੰਗਰ ਜਿਹੜਾ ਹੈ ਕਿੱਥੇ ਇਸ ਵੇਲੇ ਵਰਤ ਰਿਹਾ ਹੈ। ਬਿਲਕੁਲ, ਵੇਖੋ ਬੱਚੇ ਤਾਂ ਬੱਚੇ ਹੀ ਆ ਨਾ ਜੀ, ਅਤੇ ਬੱਚੇ ਸਾਡੇ ਤਾਂ ਇੱਥੇ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਆ ਉਹ ਬੜਾ ਕਮਾਲ ਕਰਕੇ ਗਏ ਆ, ਸਾਡਾ ਤਾਂ ਸਿਧਾਂਤ ਸਾਡੇ ਸਾਹਮਣੇ ਆ। ਇਸ ਕਰਕੇ ਜਿੱਥੇ ਸਾਨੂੰ ਪੇਟ ਪੂਜਾ ਵੀ ਜ਼ਰੂਰੀ ਹੈ, ਕਿਉਂਕਿ ਉਹ ਜਿਹੜੀ ਜਗ੍ਹਾ ਵਾ ਨਾ ਪਹਿਲਾਂ ਤਾਂ ਗੁਰੂ ਦਾ ਹੁਕਮ ਆ ਨਾ ਕਿ ਪਹਿਲਾਂ ਪੰਗਤ ਆ, ਪਹਿਲਾਂ ਉੱਥੇ ਪੇਟ ਭਰਨ ਦੀ ਗੱਲ ਕੀਤੀ ਗਈ ਆ, ਹੈ ਨਾ। ਪਰ ਅੱਜ ਸਾਡੀ ਕੌਮ ਪੇਟ ਪੱਖੋਂ ਵੀ ਭੁੱਖੀ ਹੈ, ਜੇ ਪੇਟ ਪੱਖੋਂ ਭੁੱਖੀ ਹੈ ਤਾਂ ਅੱਜ ਦੂਜੇ ਧਰਮ ਨਾਲ ਰੋਕ ਕੀਤਾ ਜਾ ਰਿਹਾ। ਅੱਜ ਜਿਸ ਲੋਕਾਂ ਨੇ ਇਹ ਲੰਗਰ ਲਾਏ ਨੇ, ਅੱਜ ਤੁਹਾਡਾ ਮੱਝ ਆ ਜਿਹੜਾ ਸਾਰਾ ਸਾਡਾ ਜਿਹੜਾ ਮੱਝ ਆ ਇਹ ਭਾਜੀ ਧਰਮ ਪਰਿਵਰਤਨ ਦੇ ਨਾਂ 'ਤੇ ਜਿਹੜਾ ਗੁੰਮਰਾਹ ਹੋ ਰਿਹਾ, ਤਰ੍ਹਾਂ ਤਰ੍ਹਾਂ ਦੇ ਉੱਪਰ ਸਾਡੇ ਜਿਹੜੇ ਬਾਹਰੋਂ ਆਣ ਕੇ ਲੋਕ ਜਿਹੜਾ ਸਾਡੇ ਭੈਣ ਭਰਾਵਾਂ ਨੂੰ ਗੁੰਮਰਾਹ ਕਰ ਰਹੇ ਆ, ਆਪਣੇ ਧਰਮ ਦੇ ਵਿੱਚ ਤਬਦੀਲ ਕਰ ਰਹੇ ਆ, ਉਹ ਲੋਕ ਧੱਕੇ ਦੇ ਨਾਲ ਆਪਣੀਆਂ ਪੁਸਤਕਾਂ ਤੁਹਾਡੇ ਘਰਾਂ ਤੱਕ ਪਹੁੰਚਾ ਦਿੰਦੇ ਆ। ਪੈਸਾ ਤਾਂ ਉਹਨਾਂ ਦਾ ਇਨਵੈਸਟ ਹੋ ਰਿਹਾ ਵਾ, ਪਰ ਉਹਨਾਂ ਦਾ ਲੰਗਰਾ ਤਾਂ ਨਹੀਂ, ਉਹ ਆਪਣੇ ਧਰਮ ਦੀ ਬੜੋਤਰੀ ਵਾਸਤੇ ਲੋਕਾਂ ਨੂੰ ਕਰ ਰਹੇ ਆ। ਧੱਕੇ ਨਾਲ ਤੁਹਾਡੇ ਘਰ ਪੁਸਤਕ ਦੇ ਜਾਣਗੇ, ਇਹਨੂੰ ਪੜ੍ਹੋ, ਠੀਕ ਹੈ ਕਿ ਨਹੀਂ। ਕਿਤੇ ਨਾ ਕਿਤੇ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਸੱਜਣ ਘਰ ਬੈਠਾ ਕਿਤੇ ਪਈ ਹੋਵੇ ਤਾਂ ਬੰਦਾ ਝਾਤੀ ਮਾਰਦਾ ਹੀ ਹੈ, ਐਸੀ ਗੱਲ ਕੋਈ ਨਹੀਂ ਹੈ। ਇਸ ਕਰਕੇ ਇਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਸੀ ਕਿ ਜਿਹੜੇ ਭੈਣ ਭਰਾ ਉਹ ਆਪਣੀਆਂ ਲੋੜਾਂ ਕਰਕੇ ਦੂਜੇ ਧਰਮ ਨੂੰ ਜਾ ਰਹੇ, ਉਹਨਾਂ ਦੀ ਪਹਿਲਾਂ ਲੋੜਾਂ ਪੂਰੀਆਂ ਕੀਤੀਆਂ ਜਾਣ, ਗੁਰੂ ਖੁਸ਼ ਹੋ ਸਕਦਾ ਸੀ। ਜਿਹੜੇ ਗ੍ਰੰਥੀ ਸਿੰਘ ਅੱਜ ਟਕੇ ਟਕੇ 'ਤੇ ਮੁਤਾਜ ਹੋਏ ਫਿਰਦੇ ਨੇ ਮੇਰੇ ਵੀਰ, ਉਹ ਸ਼ਰੇਆਮ ਕੈਮਰੇ ਸਾਹਮਣੇ ਆਣ ਕੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਪਣੇ ਪੁੱਤਰ ਨੂੰ ਗ੍ਰੰਥੀ ਨਹੀਂ ਬਣਾਉਣਾ, ਅੱਜ ਉਹਨਾਂ ਨੂੰ ਸਾਂਭਣ ਦੀ ਲੋੜ ਸੀ, ਕਿਤੇ ਗੁਰੂ ਖੁਸ਼ ਹੁੰਦਾ ਇਹਨਾਂ ਦੇ ਉੱਤੇ। ਜਿਹੜੇ ਸਾਡੇ ਭੈਣ ਭਰਾਵਾਂ ਦੀਆਂ ਛੱਤਾਂ 'ਚ ਹੋ ਰਹੀਆਂ ਨੇ, ਉਹਨਾਂ ਦੀਆਂ ਛੱਤਾਂ ਮੇਰੇ ਵੀਰ ਬਣਾ ਦਿੰਦੇ, ਗੁਰੂ ਕਿਤੇ ਖੁਸ਼ ਹੁੰਦਾ ਤੁਹਾਡੇ 'ਤੇ। ਜੇਕਰ ਜਿਹੜੇ ਬੱਚੇ ਪੜ੍ਹਾਈ ਪੱਖੋਂ ਅੱਜ ਫੀਸਾਂ ਹੁਣ ਘਰ ਬੈਠੇ ਆ, ਜੇਕਰ ਉਹਨਾਂ ਦੇ ਉੱਪਰ ਤੁਸੀਂ ਕਿਤੇ ਫੀਸਾਂ ਉਹਨਾਂ ਦੀਆਂ ਭਰੀਆਂ ਹੁੰਦੀਆਂ ਅਤੇ ਉਹਨਾਂ ਦੇ ਸਕੂਲਾਂ 'ਚ ਐਡਮਿਸ਼ਨਾਂ ਕਰਾ ਦਿੰਦੇ, ਮੇਰੇ ਰੱਬ ਤੁਹਾਡੇ 'ਤੇ ਖੁਸ਼ ਹੁੰਦਾ। ਜਲੰਧਰ ਦੇ ਲਾਗੇ ਇੱਕ ਭੈਣ ਆ, ਡੇਲੀ ਆਏ ਦਿਨ ਇੱਕ ਵੀਰ ਦੀ ਡਾਇਲਸਿਸ ਹੁੰਦੀ ਹੈ ਉੱਥੇ, ਉਹ ਹਰ ਰੋਜ਼ ਵਿਚਾਰੀ ਪਤਾ ਨਹੀਂ ਕਿੱਦਾਂ ਕਿੱਦਾਂ ਗੁਜ਼ਾਰਾ ਕਰਦੀ ਆ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਨੇ ਗੁਹਾਰ ਲਾਈ,
ਅਤੇ ਸਾਡੀ ਕੌਮ ਦਾ ਹਾਲ, ਉਸ ਭੈਣ ਦੀ ਕਿਸੇ ਨੇ ਮਦਦ ਹੀ ਕਰਨੀ ਸੀ, ਉਹਨੂੰ ਗੰਦੇ ਗੰਦੇ ਕਮੈਂਟ ਸ਼ੁਰੂ ਕਰ ਦਿੱਤੇ ਕਿ ਤੇਰੀ ਤਾਂ ਮਦਦ ਕਰਾਂਗੇ, ਪਹਿਲਾਂ ਆਹ ਕੰਮ ਕਰ ਲਾ ਅਤੇ ਪਹਿਲਾਂ ਮੇਰੇ ਮੈਸੇਜ ਦਾ ਜਵਾਬ ਦੇ, ਤੂੰ ਪਹਿਲਾਂ ਮੈਨੂੰ ਵਟਸਐਪ ਕਾਲ ਕਰ ਅਤੇ ਮੈਨੂੰ ਆਹ ਕਰ। ਲੱਖ ਦੀ ਲਾਹਣਤ ਆ ਤੁਹਾਡੀ ਸੋਚ 'ਤੇ ਮੇਰੇ ਵੀਰੋ ਯਾਰ, ਜੇ ਮਦਦ ਕਰਨ ਦੀ ਲੋੜ ਸੀ। ਉਹਦੀਆਂ 3 ਕੁੜੀਆਂ ਭਾਅ ਜੀ ਅੱਜ ਜਵਾਨ ਕੁੜੀਆਂ ਜਿਹੜੀਆਂ ਉਹ ਵਿਚਾਰੀਆਂ ਐਡਮਿਸ਼ਨ ਤੋਂ ਵੱਖਰੀਆਂ ਤੁਰੀਆਂ ਫਿਰਦੀਆਂ ਨੇ। ਮੇਰੇ ਹਾਲਾਤ ਇੰਨੇ ਜਿਹੜੇ ਆ ਉਹ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਉਹ ਭੈਣ ਦੀ ਜਾ ਕੇ ਫਾਈਨੈਂਸ਼ੀਅਲ ਤੌਰ 'ਤੇ ਮਦਦ ਕਰ ਸਕਾਂ, ਪਰ ਮੈਂ ਜਨਤਾ ਨੂੰ ਕਹਿੰਦਾ ਵਾਂ ਉਹ ਆਹ ਵੇਖੋ ਆ ਭੁਲੱਥ ਦੇ ਕੋਲ ਪਿੰਡ ਆ, ਉਹਦੇ ਲਾ ਕੇ ਜਾ ਕੇ ਉਹਦੀ ਭੈਣ ਦੀ ਸਹਾਰਤਾ ਲਓ। ਜਿਹੜੇ ਘਰ ਵਾਲੇ ਦੀ ਡੇਲੀ ਜਲਟਿਸ ਹੋ ਰਹੀ ਆ, ਉਹ ਅੱਜ ਭਲਕੇ ਤਾਂ ਯਾਰ ਉਹਨੇ ਦੁਨੀਆਂ ਤੋਂ ਮੈਨੂੰ ਸਾਨੂੰ ਹੀ ਪਤਾ ਵਾ ਕਿ ਉਹਨੇ ਚਲੇ ਜਾਣਾ, ਪਰ ਜਦ ਤੱਕ ਵੀ ਹੈਗਾ ਵਾ ਉਹ ਕਮ ਸੇ ਕਮ ਜੂਝ ਰਹੀ ਹੈ ਗਰੀਬੀ ਨਾਲ ਵੀ, ਹਾਲਾਤਾਂ ਨਾਲ ਵੀ ਮੇਰੇ ਵੀਰ। ਅਤੇ ਉਹ ਉਸ ਉਹਨਾਂ ਬੱਚੀਆਂ ਦੇ ਸਿਰਾਂ 'ਤੇ ਕੀ ਬੀਤੀ ਹੋਏਗੀ, ਉਹ ਤਾਂ ਭਰੋਸਾ ਨਾ ਚੱਕਿਆ ਜਾਊਗਾ। ਦੱਸੋ ਉਹਨੇ ਕੀ ਕਰਨਾ ਮੇਰੇ ਵੀਰ, ਸਾਡੇ ਸਮਾਜ ਤੋਂ, ਸਾਡੇ ਧਰਮ ਤੋਂ, ਧਰਮ ਦੇ ਠੇਕੇਦਾਰਾਂ ਤੋਂ, ਜਦੋਂ ਸਾਡਾ ਸਮਾਜ ਉਹਦੇ ਕੰਮ ਹੀ ਨਹੀਂ ਆਇਆ। ਇਸ ਕਰਕੇ ਇਹੋ ਜਿਹੇ ਭੈਣ ਭਰਾਵਾਂ ਦੀ ਦਰ ਦਰ 'ਤੇ ਜਾ ਕੇ ਪਿੰਡ ਪਿੰਡ ਜਾ ਕੇ ਖੋਜ ਕਰਨ ਦੀ ਲੋੜ ਆ, ਭੈਣ ਭਰਾਵਾਂ ਨੂੰ ਅੱਗੇ ਆਉਣ ਦੀ ਲੋੜ ਆ, ਤਾਂ ਜੋ ਸਾਡੇ ਭੈਣ ਭਰਾ ਸਿੱਖੀ ਤੋਂ ਬੇਮੁੱਖ ਨਾ ਹੋਣ, ਯੋਗ ਉਪਰਾਲੇ ਕਰਨ ਦੀ ਲੋੜ ਆ ਮੇਰੇ ਵੀਰ ਨਾਲ। ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਣਾ ਦੇ ਟਾਈਮ 'ਤੇ ਅਜੋਕੇ ਸਮੇਂ ਦੇ ਵਿੱਚ ਲੰਗਰ ਕਿਹੋ ਜਿਹਾ ਸੀ ਅਤੇ ਅੱਜ ਕਿਹੋ ਜਿਹਾ ਹੈ, ਕਿੰਨਾ ਕੁ ਅੰਤਰ, ਗੁਰੂਆਂ ਨੇ ਕੀ ਇਸ 'ਤੇ ਜਿਹੜਾ ਹੈ ਗੁਰੂਆਂ ਨੇ ਕੀ ਸਿੱਖਿਆ ਦਿੱਤੀ ਅਤੇ ਸਿੱਖ ਕੌਮ ਕੀ ਸਿੱਖਿਆ ਲੈ ਰਹੀ, ਇਹ ਤਾਂ ਜ਼ਰੂਰ ਦੱਸੋ। ਗੁਰੂ ਨੇ ਸਾਨੂੰ ਇਹ ਕਿਹਾ ਸੀ ਕਿ ਬਾਣੀ ਬਾਣੀ ਦੇ ਧਾਰਨੇ ਬਣੋ ਜੀ। ਅੱਜ ਕੀ ਸਾਡੇ ਸਿੱਖ ਬਾਣੀ ਬਾਣੀ ਧਾਰਨੀ ਹੈਗੇ ਆ, ਜਿਹੜੇ ਹੈਗੇ ਆ ਉਹ ਮੁਬਾਰਕ ਆ। ਅੱਜ ਬਹੁਤਾਂਤ ਪਿੰਡ ਦੇ ਵਿੱਚ ਵੇਖ ਲਓ ਤੁਸੀਂ, ਜੇ ਦਾਦਾ ਪੂਰਨ ਗੁਰ ਸਿੱਖਿਆ ਅਤੇ ਗਾਂ ਉਹਦੇ ਪੁੱਤ ਨੇ ਦਾੜ੍ਹੀ ਕਟਾਈ ਆ, ਜੇਕਰ ਪੁੱਤ ਨੇ ਦਾੜ੍ਹੀ ਕਟਾਈ ਆ ਅਤੇ ਪੁੱਤ ਅਤੇ ਅਗਲੇ ਬੰਨੇ ਪੋਤਰਾ 'ਤੇ ਜਿਹੜਾ ਬਿਲਕੁਲ ਹੀ ਉਹ ਸਿਰੋਂ ਵੀ ਘੋਨਾ ਅਤੇ ਦਾੜ੍ਹੀਓਂ ਵੀ ਘੋਨਾ ਵਾ, ਇਹ ਹਾਲਾਤ, ਇਹ ਸੱਚ ਬਿਆਨ ਆ, ਇਹ ਸਾਨੂੰ ਸਾਂਭਣ ਦੀ ਲੋੜ ਆ ਮੇਰੇ ਵੀਰ। ਇਸ ਕਰਕੇ ਨਾ ਅਸੀਂ ਗੁਰੂ ਦੇ ਨਾਲ ਮੱਥਾ ਨਹੀਂ ਲਾ ਰਹੇ, ਅਸੀਂ ਗੁਰੂ ਨੂੰ ਮੱਥਾ ਲਾ ਰਹੇ ਹਾਂ। ਅਸੀਂ ਕਿਹਨੂੰ ਬੇਵਕੂਫ ਬਣਾ ਰਹੇ ਹਾਂ ਮੇਰੇ ਵੀਰ, ਕਿਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੋਬਿੰਦ ਭਗਤ ਭਾਉ ਕਾ ਭੁੱਖਾ ਗੁਰਬਾਣੀ ਕਹਿੰਦੀ ਆ, ਉਹ ਤਾਂ ਸਾਡੀ ਭਾਵਨਾ ਦਾ ਭੁੱਖਾ ਹੈ। ਤੁਸੀਂ ਚਾਹੇ ਕਰੋੜਾਂ ਦੇ ਹੋਰ ਵੀ ਲੰਗਰ ਲਾ ਲਓ ਮੇਰੇ ਵੀਰ, ਉੱਥੇ ਜੋ ਮਰਜ਼ੀ ਕਰ ਲਓ, ਪਰ ਗੁਰੂ ਤੁਹਾਡੇ 'ਤੇ ਖੁਸ਼ ਨਹੀਂ ਉਹ ਦੁਨੀਆਂ ਦੇ ਲੋਕੋ। ਗੁਰੂ ਤੁਹਾਡੇ 'ਤੇ ਉਦਣ ਖੁਸ਼ ਹੋਏਗਾ ਜਦੋਂ ਤੁਸੀਂ ਗਰੀਬ ਦੀ ਬਾਂਹ ਫੜੋਗੇ। ਜਿਨ੍ਹਾਂ ਗਰੀਬਾਂ ਨੂੰ ਤੁਸੀਂ ਗਲੇ ਲਾਉਣਾ ਸੀ ਮੇਰੇ ਭਰਾ, ਅੱਜ ਉਹ ਤੁਹਾਡੀਆਂ ਜਿਹੜੀਆਂ ਵਾ ਉਹ ਬਦਤਮੀਜ਼ੀਆਂ ਕਰਕੇ, ਤੁਹਾਡੇ ਘੜਮ ਚੌਧਰੀਆਂ ਕਰਕੇ, ਜਾਂ ਮਤਲਬ ਤੁਹਾਡੀਆਂ ਜਿਹੜੀਆਂ ਇਹ ਜਥੇਦਾਰੀਆਂ ਕਰਕੇ ਮੇਰੇ ਵੀਰ ਸਿੱਖੀ ਤੋਂ ਦੂਰ ਹੋ ਰਹੇ ਆ। ਅੱਜ ਗੁਰੂ ਘਰ ਦਾ ਕੀਰਤਨੀਆਂ ਤੁਹਾਡੀ ਜਾਨ ਨੂੰ ਰੋ ਰਿਹਾ, ਅੱਜ ਗੁਰੂ ਘਰ ਦਾ ਰਾਗੀ ਤੁਹਾਡੀ ਜਾਨ ਨੂੰ ਰੋ ਰਿਹਾ, ਅੱਜ ਗੁਰੂ ਘਰ ਦਾ ਗ੍ਰੰਥੀ ਤੁਹਾਡੀ ਜਾਨ ਨੂੰ ਰੋ ਰਿਹਾ ਮੇਰੇ ਵੀਰ। ਪਰ ਤੁਸੀਂ ਵੱਡੀਆਂ ਗੱਡੀਆਂ, ਵੱਡੀਆਂ ਕੋਠੀਆਂ ਅਤੇ ਵੱਡੇ ਟਿੱਡ ਆਪਣੇ ਕਰ ਰਹੇ ਹੋ, ਗਰੀਬ ਦਾ ਭਲਾ ਨਹੀਂ ਤੁਸੀਂ ਮੇਰੇ ਵੀਰ ਕਰ ਰਹੇ। ਅੱਜ ਲੰਗਰ ਬੇਸ਼ੱਕ ਗੁਰੂ ਦਾ ਤੁਸੀਂ ਦਾਲ ਪ੍ਰਸ਼ਾਦਾ ਜਿਹੜਾ ਸਾਡਾ ਪ੍ਰਵਾਨ ਆ, ਪੰਥ ਪ੍ਰਵਾਨ ਆ, ਉਹਦਾ ਢਿੱਡ ਸੰਗਤ ਭਰ ਲੇਗੀ, ਸੰਗਤ ਉਹਦੇ 'ਚ ਵੱਧ ਤੋਂ ਵੱਧ ਜਿਹੜੀ ਆਪਣੀ ਤਿਲ ਫੁੱਲ ਦੀ ਭੇਟਾ ਵੀ ਦੇਣ ਨੂੰ ਤਿਆਰ ਆ। ਪਰ ਲੰਗਰ ਦੀ ਜਿਹੜੀ ਮਰਿਆਦਾ ਉਹਨੂੰ ਕਿਤੇ ਨਾ ਬਦਲਣ ਦੀ ਲੋੜ ਆ। ਅੱਜ ਪੰਜਾਬ ਦੇ ਵਿੱਚ ਬਹੁਤ ਐਸੇ ਕੰਮ ਨੇ, ਪੰਜਾਬ ਦੇ ਕੋਲ ਚੰਗੇ ਹੋਸਪਿਟਲ ਕਿੱਥੇ ਆ, ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਵੇਖੋ ਜਾ ਕੇ ਉਹਨਾਂ ਦੇ ਹਾਲ, ਜਾ ਕੇ ਤੁਸੀਂ ਲਓ ਮਾਇਕ ਜਾ ਕੇ ਤੁਸੀਂ ਦੇਖੋ ਲੋ ਰਹੇ ਨੇ। ਜਿਨ੍ਹਾਂ ਦੇ ਕੋਲ 4 ਪੈਸੇ ਭਰਾਵਾ, ਉਹਨਾਂ ਨੂੰ ਤਾਂ ਕਰੋਨਾ ਦੇ ਵਿੱਚ ਵੀ ਬੈੱਡ ਮਿਲ ਗਈ ਸੀ, ਗਰੀਬ ਉਦੋਂ ਵੀ ਮਾਰਿਆ ਗਿਆ ਸੀ। ਸੋ ਸਾਨੂੰ ਪੰਜਾਬ ਇੱਕ ਆਪਣੀ ਵੱਖਰੀ ਛਾਪ ਛੱਡਣ ਦੇ ਵਿੱਚ ਮਸ਼ਹੂਰ ਆ, ਇਤਿਹਾਸ ਗਵਾਹ ਵਾ। ਸੋ ਸਾਨੂੰ ਆਪਣਾ ਇਤਿਹਾਸ ਦੁਹਰਾਉਣ ਦੀ ਲੋੜ ਆ ਮੇਰੇ ਵੀਰ, ਨਵੀਆਂ ਰਾਹਾਂ ਪਾਉਣ ਦੀ ਲੋੜ ਆ। ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ, ਅਤੇ ਜਿਹੜੀ ਆਹ ਲੰਗਰਾਂ ਦੇ ਉੱਪਰ ਤੁਸੀਂ ਖਰਬਾਂ ਰੁਪਈਆ ਜਿਹੜਾ ਬਰਬਾਦ ਕਰਦੇ ਹੋ, ਇਹਨੂੰ ਸੱਚੇ ਤਰੀਕੇ ਦੇ ਨਾਲ, ਸੁਚਾਰੂ ਢੰਗ ਦੇ ਨਾਲ ਕੌਮ ਦੇ ਉੱਪਰ ਲਾਓ, ਤਾਂ ਮੇਰੇ ਖਿਆਲ ਨਾਲ ਕੌਮ ਦੀ ਚੜ੍ਹਦੀ ਕਲਾ ਹੋਏਗੀ ਮੇਰੇ ਵੀਰ। ਅੱਜ ਇੱਕ ਨੌਜਵਾਨ ਪਿੰਡਾਂ ਦੇ ਵਿੱਚੋਂ ਜਦੋਂ ਗੁਰੂ ਘਰ ਨੂੰ ਜਾਂਦਾ, ਰਵਾਨਾ ਹੁੰਦਾ, ਉਹ ਸਭ ਤੋਂ ਪਹਿਲਾਂ ਟਰਾਲੀ ਟਰੈਕਟਰ ਸ਼ਿੰਗਾਰਦਾ, ਬੁਲਟ ਜੇ ਲੈ ਕੇ ਜਾਂਦਾ, ਉਸਦੇ ਪਟਾਕੇ ਉੱਥੇ ਉੱਚੀ ਆਵਾਜ਼ ਦੇ ਵਿੱਚ ਸਪੀਕਰ, ਕਿੰਨਾ ਕੁ ਗੁਰੂ ਸਾਹਿਬ ਇਹਨਾਂ ਚੀਜ਼ਾਂ ਤੋਂ ਖੁਸ਼ ਹੁੰਦੇ ਨੇ।
ਦੇਖੋ ਗੁਰੂ ਸਾਹਿਬ ਤਾਂ ਖੁਸ਼ ਨਹੀਂ ਹੁੰਦੇ, ਮੈਂ ਕਹਿੰਦਾ ਗੁਰੂ ਸਾਹਿਬ ਤਾਂ ਬਾਹਰ ਦੀਆਂ ਗੱਲਾਂ, ਪਹਿਲਾਂ ਇਹਨਾਂ ਦੇ ਪੁੱਛੋ ਵੀ ਮਾਂ ਪਿਓ ਖੁਸ਼ ਆ, ਮਾਂ ਪਿਓ ਵੀ ਖੁਸ਼ ਨਹੀਂ ਆ, ਅੱਜ ਆਪਣੇ ਮਾਂ ਪਿਓ ਦੀ ਵੀ ਨਹੀਂ ਸੁਣਦੇ, ਇਹ ਫੁਕਰੇਪੰਥੀ ਕਰ ਰਹੇ ਆ ਮੇਰੇ ਵੀਰ। ਜਦੋਂ ਕੋਈ ਮੇਰੇ ਵਰਗਾ ਇਹਨਾਂ ਨੂੰ ਬੋਲਦਾ ਵਾ ਨਾ, ਤਾਂ ਫਿਰ ਇਹਨਾਂ ਮੇਰੇ ਵਰਗੀ ਤਾਂ ਗੱਲਾਂ ਚੁੱਭਦੀਆਂ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਇਹਨਾਂ ਦੀਆਂ ਨੇਕ ਕਮਾਈਆਂ ਦੀ, ਇਹਨਾਂ ਦਾ ਮਾਂ ਪਿਓ ਤਾਂ ਉਦੋਂ ਦਸਵੰਧ ਦਿੰਦਾ, ਪਰ ਇਹ ਕਈ ਤਾਂ ਇਹੋ ਜਿਹੇ ਆ ਵੀ ਜਿਨ੍ਹਾਂ ਦੇ ਸ਼ੌਂਕੀਆ ਤੌਰ 'ਤੇ ਮਾਂ ਪਿਓ ਲੈ ਕੇ ਦਿੰਦੇ, ਜਿਹੜੇ ਅਫੋਰਡ ਕਰ ਸਕਦੇ ਆ, ਰੱਖਣੇ ਵੀ ਚਾਹੀਦੇ ਆ। ਪਰ ਜਿਹੜੀ ਗੁੰਡਾਗਰਦੀ ਤੁਸੀਂ ਕੰਮ 'ਤੇ ਟਾਈਮ 'ਤੇ ਤੁਸੀਂ ਦੇਖੋ ਨਾ, ਸ਼ਰਾਬ ਪੀ ਕੇ ਵਾਜੇ ਵਜਾਉਂਦੇ ਫਿਰਦੇ ਆ, ਨਸ਼ੇ ਕਰਕੇ ਟਰੈਕਟਰਾਂ ਦੇ ਵੱਡੇ ਹੂਟਰ ਲਾਉਂਦੇ ਫਿਰਦੇ ਆ, ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਨੇ ਜਿਹੜਾ, ਅਤੇ ਅੱਜ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਵਾ, ਉਹ ਵੀ ਇਹਨਾਂ ਦੇ ਪਟਾਕੇ ਪਾ ਰਹੇ ਨੇ, ਇਹ ਵੀ ਗੱਲ ਸੱਚ ਆ। ਫਿਰ ਕਹਿੰਦੇ ਉਹ ਜਦੋਂ ਕੋਈ ਇਹ ਸਟੰਟ ਕਰਦਿਆਂ ਕਰਦਿਆਂ ਟਰੈਕਟਰ ਉਲਟ ਜਾਂਦਾ ਜਾਂ ਕੋਈ ਦੁਰਘਟਨਾ ਹੋ ਜਾਂਦੀ ਆ, ਆਪ ਤਾਂ ਮਰਨਾ ਹੀ ਮਰਨਾ, ਨਾਲ ਜਿਹੜੇ ਸੰਗਤ ਨਾਲ ਗਈ ਹੁੰਦੀ ਹੈ ਫ੍ਰੀ ਦੇ ਖਾਤੇ 'ਚ ਉਹਨਾਂ ਨੂੰ ਨਾਲ ਲੈ ਕੇ ਤੁਰ ਪੈਂਦੇ ਨੇ, ਟਰੈਕਟਰ ਦੇ ਸਲੰਸਰ ਦੇ ਲਾਗੇ ਵੱਡਾ ਨਿਸ਼ਾਨ ਸਾਹਿਬ ਵੀ ਲਾਇਆ ਹੁੰਦਾ ਅਤੇ ਆਪ ਹੀ ਉੱਤੇ ਬੈਠੇ ਹੁੰਦੇ ਆ, ਅਗਲੇ ਬੰਦੇ ਰਸਤਾ ਨਹੀਂ ਦੇਖਦਾ ਮੇਰੇ ਵੀਰ, ਠੀਕ ਹੈ ਕਿ ਨਹੀਂ। ਫਿਰ ਵੱਡੀ ਗੱਲ ਇਹ ਆ, ਕਰੋੜਾਂ ਰੁਪਈਆ ਲਾ ਕੇ ਟਰਾਲੀ ਦੇ ਉੱਪਰ ਆਪਾਂ ਮੇਲਿਆਂ 'ਚ ਜਾਂਦੇ ਹਾਂ, ਮੀਡੀਆ ਵੀ ਇਸ ਚੀਜ਼ ਨੂੰ ਕਵਰ ਕਰਦੀ ਆ ਕਿ ਆਹ ਵੇਖੋ ਜੀ ਇੱਥੇ ਫਲਾਣੀ LED ਲਾਈ, AC ਕਰਾਤਾ, ਵੋ ਕਰਾਤਾ, ਤੁਸੀਂ ਉੱਥੇ ਦੱਸੋ ਕੀ ਵਿਖਾਉਣ ਜਾਂਦੇ ਹੋ ਮੇਰੇ ਵੀਰ ਆਪਣੇ ਆਪ ਨੂੰ, ਗੁਰੂ ਨਤਮਸਤਕ ਹੋਣ ਜਾਂਦੇ ਹੋ ਕਿ ਜਾਂ ਆਪਣੇ ਪੈਸੇ ਦਾ ਵਿਖਾਉਣ ਜਾਂਦੇ ਕਿ ਹਾਂ ਅਸੀਂ ਇੰਨੇ ਕੁ ਯੋਗੇ ਹੈਗੇ ਮੇਰੇ ਵੀਰ। ਕਿਰਪਾ ਕਰਕੇ ਇਹ ਫੁਕਰੇ ਪੰਥੀ ਆਪਾਂ ਛੱਡ ਦਈਏ, ਅਤੇ ਰੱਬ ਦਾ ਵਾਸਤਾ ਜਿਹੜੇ ਵੱਡੇ ਵੱਡੇ ਸਪੀਕਰ ਲਾਏ ਫਿਰਦੇ ਹੋ ਨਾ ਤੁਸੀਂ, ਇਹਦੇ ਨਾਲ ਜਿੱਥੇ ਤੁਸੀਂ ਆਪਣਾ ਅਕਸ ਖਰਾਬ ਕਰਦੇ ਲੋਕਾਂ ਦੀ ਨਿਗਾਹ ਦੇ ਵਿੱਚ, ਕਿਤੇ ਨਾ ਕਿਤੇ ਗੁਰੂ ਦੀ ਨਿਗਾਹ ਦੇ ਵਿੱਚ ਵੀ ਤੁਹਾਡਾ ਅਕਸ ਖਰਾਬ ਆ, ਕਿਰਪਾ ਕਰਕੇ ਇਹਨੂੰ ਸੁਧਾਰਨ ਦੀ ਲੋੜ ਆ। ਮੁਬਾਰਕ ਆ ਜਦੋਂ ਤੁਸੀਂ ਕਿਤੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਮੇਰੇ ਭਰਾ, ਜਦੋਂ ਮਰਜ਼ੀ ਜੋ ਮਰਜ਼ੀ ਕਰੋ, ਪਰ ਪਿੰਡਾਂ ਦੇ ਵਿੱਚ ਗੰਦੇ ਗਾਣੇ ਲਾ ਕੇ ਜਦੋਂ ਤੁਸੀਂ ਜਾਂਦੇ ਹੋ, ਇਹਦੇ ਨਾਲ ਤੁਹਾਡਾ ਜਿਹੜਾ ਅਕਸ ਆ ਖਰਾਬ ਹੀ ਹੁੰਦਾ, ਉਹ ਪਰਮਾਤਮਾ ਵੀ ਤੁਹਾਡੇ ਦੇ ਖੁਸ਼ ਨਹੀਂ ਹੁੰਦਾ। ਪਰ ਜਦੋਂ ਤੁਸੀਂ ਗੁਰੂ ਘਰ ਜਾਂਦੇ ਉਦੋਂ ਤਾਂ ਕਮ ਸੇ ਕਮ ਤੁਸੀਂ ਤਰੀਕੇ ਨਾਲ ਜਾ ਸਕਦੇ ਹੋ ਨਾ, ਨਤਮਸਤਕ ਹੋਣੇ, ਸੋਹਣੀਆਂ ਦਸਤਾਰਾਂ ਸਿਰ 'ਤੇ ਸਜਾਓ, ਸੋਹਣੇ ਕੇਸ ਆਪਣੇ ਸਜਾ ਕੇ ਜਾਓ, ਤਾਂ ਜੋ ਗੁਰੂ ਖੁਸ਼ ਹੋਵੇ ਮੇਰੇ ਵੀਰ। ਅੰਤ ਵਿੱਚ ਸਵਾਲ ਥੋੜ੍ਹਾ ਜਿਹਾ ਭਾਈ ਸਾਹਿਬ ਜੀ ਲੰਮਾ ਹੈ, ਮੈਂ ਚਾਹਾਂਗਾ ਇਸ ਦਾ ਜਵਾਬ ਛੋਟਾ ਜ਼ਰੂਰ ਰਵੇ। ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਬੌਲੀ ਸਾਹਿਬ ਅਤੇ ਖਡੂਰ ਸਾਹਿਬ ਦਾ ਆਪਸ ਵਿੱਚ ਕੀ ਸੰਬੰਧ ਹੈ, ਅਤੇ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਹ ਆਪਸ ਦੇ ਵਿੱਚ ਕੀ, ਥੋੜ੍ਹੇ ਜਿਹੇ ਇਤਿਹਾਸ ਦੇ ਨਾਲ ਵੀ ਜਾਂਦੇ ਜਾਂਦੇ ਜਿੰਨੇ ਵੀ ਲੋਕ ਵੀਡੀਓ ਨੂੰ ਵੇਖ ਰਹੇ ਨੇ ਇਹ ਜ਼ਰੂਰ ਦੱਸਿਆ ਜਾਵੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅਤੇ ਗੁਰੂ ਅੰਗਦ ਦੇਵ ਅਮਰਦਾਸ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ, ਦੋਵੇਂ ਸਥਾਨ ਹੈ ਜੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਹੁਤ ਘਾਲਣਾ ਕਰ ਲਈ ਹੈ ਜੀ, ਆਪਣੇ ਬਜ਼ੁਰਗ ਅਵਸਥਾ ਦੇ ਵਿੱਚ 12 ਸਾਲ ਜਿਹੜਾ ਵਾ ਗਾਗਰ ਟੋਈ ਹੈ ਜੀ, ਉੱਥੋਂ ਗੁਰੂ ਸਾਹਿਬ ਦੀ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਦੀ, ਤਾਂ ਜਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਜਿਹੜਾ ਵਾ ਵਰਦਾਨ ਦਿੱਤੇ ਸੀ, ਸਰਪਾਓ ਦੀ ਮਰਿਆਦਾ ਉਦੋਂ ਸ਼ੁਰੂ ਹੋਈ ਸੀ, ਸਾਲ ਸੇਵਾ ਕਰਦੇ ਸੀ ਇੱਕ ਸਰੋਪਾ ਮਿਲਦਾ ਸੀ ਗੁਰੂ ਸਾਹਿਬ ਨੂੰ, ਅੱਜ ਅਸੀਂ ਗਲਾਂ ਦੇ ਵਿੱਚ ਉਹੀ ਸਰੋਪੇ ਪਾ ਕੇ ਤਾਂ ਟਰੈਕਟਰਾਂ ਦੇ ਵਾਜੇ ਲਾ ਕੇ ਜਦੋਂ ਘਰ ਜਾਂਦੇ ਗੁਰੂ ਖੁਸ਼ ਨਹੀਂ ਹੁੰਦਾ ਮੇਰੇ ਵੀਰ। ਇਸ ਕਰਕੇ ਉਹ ਬੜੀ ਪਵਿੱਤਰ ਧਰਤੀ ਹੈ ਸਾਡੇ ਵਾਸਤੇ ਮੇਰੇ ਖਿਆਲ ਦੇ ਨਾਲ, ਉਸ ਸਮੇਂ ਦੀ ਸਭ ਤੋਂ ਪਹਿਲਾਂ ਮਾਲਾ ਅਖਾੜੇ ਸ਼ੁਰੂ ਕੀਤਾ ਤਾਂ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਸੀ, ਅੱਜ ਉੱਥੇ ਮਾਲਾ ਅਖਾੜੇ ਲਾਉਣ ਦੀ ਜ਼ਰੂਰਤ ਸੀ, ਜਿਨ੍ਹਾਂ ਲੋਕਾਂ ਨੇ ਕਰੋੜਾਂ ਰੁਪਏ ਲੰਗਰਾਂ 'ਤੇ ਲਾਤੇ, ਅੱਜ ਪੰਜਾਬ ਦੀ ਨੌਜਵਾਨੀ ਉੱਥੇ ਜ਼ੋਰ ਵਿਖਾਉਂਦੀ ਮੇਰੇ ਭਰਾ, ਤਾਂ ਉੱਥੇ ਕਰੋੜਾਂ ਰੁਪਏ ਲੱਖਾਂ ਰੁਪਏ ਤੁਸੀਂ ਉਹਨੂੰ ਦਾਨ ਦਿੰਦੇ ਉਹਨਾਂ ਨੂੰ, ਤਾਂ ਮੇਰੇ ਖਿਆਲ ਨਾਲ ਸੰਗਤ ਜ਼ਿਆਦਾ ਖੁਸ਼ ਹੁੰਦੀ, ਗੁਰੂ ਖੁਸ਼ ਹੁੰਦਾ ਕਿ ਹਾਂ ਜਿਹੜੇ ਮੇਰੇ ਪਾਏ ਹੋਏ ਪੂਰਨੇ ਆ ਉਹਨਾਂ ਨੂੰ ਮੇਰੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਬਰ ਇੰਨ ਬਿੰਨ ਜਿਹੜੀਆਂ ਬਰਕਰਾਰ ਰੱਖ ਰਹੀਆਂ ਵਾ। ਇਸ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ, ਤਾਂ ਜਿਹੜੀ ਉੱਥੇ ਜਦੋਂ ਲੋੜ ਸੀ ਜਿਸ ਚੀਜ਼ ਦੀ, ਜਦੋਂ ਬੌਲੀ ਦੀ ਲੋੜ ਸੀ ਤਾਂ ਗੁਰੂ ਸਾਹਿਬ ਨੇ ਆਪ ਕੋਲ ਖੜ ਕੇ ਬੌਲੀ ਤਿਆਰ ਕਰਵਾਈ ਆ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਉੱਥੇ ਜਨਮ ਹੋਇਆ, ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਜਿਹੜਾ ਵਾ ਉਹ ਲਲਕਾਰੀਆਂ ਮਾਰੀਆਂ ਨੇ। ਇਸ ਕਰਕੇ ਉਹ ਧਰਤੀ ਬੜੇ ਭਾਗਾਂ ਵਾਲੀ ਹੈ ਮੇਰੇ ਵੀਰ, ਉੱਥੋਂ ਦਾ ਇਤਿਹਾਸ ਬਹੁਤ ਲੰਮਾ ਚੌੜਾ ਵਾ, ਉਹ ਤਾਂ ਕਿਤੇ ਮਤਲਬ ਪੜ੍ਹਨ ਲੱਗਿਆਂ ਅਤੇ ਵਿਸਤਾਰ ਕਰਨ ਲੱਗਿਆਂ ਮੇਰੇ ਖਿਆਲ ਨਾਲ ਰਾਤਾਂ ਲੰਘ ਜਾਣੀਆਂ ਵਾ, ਅਤੇ ਬੜਾ ਹੀ ਮਨੋਰੰਜਨ ਅਤੇ ਮਨ ਪਰਚਾਵਾ ਜਿਹੜਾ ਵਾ ਸਾਡਾ ਹੁੰਦਾ ਵਾ ਉੱਥੇ ਜਾ ਕੇ। ਹਰਿਆਲੀ ਵੇਖੋ ਉੱਥੇ,
ਉਹ ਧਰਤੀ ਮੈਂ ਅੱਜ ਵੀ ਵੇਖਣ ਗਿਆ ਨਾ, ਅਤੇ ਇੱਕ ਵੱਖਰਾ ਹੀ ਜਿਹੜਾ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਨਾਲ ਸਭ ਤੋਂ ਵੱਧ ਜਿਹੜਾ ਹਰਿਆਵਲ ਉਸ ਜਗ੍ਹਾ 'ਤੇ ਮੈਨੂੰ ਨਜ਼ਰ ਆ ਰਹੀ ਹੈ। ਮੈਂ ਗੁਜਰਦਾ ਜਾਂਦਾ ਵੇਂਦਾ ਰਹਿਣਾ, ਪਰ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਧ ਜਿਹੜਾ ਵਾ ਰੁੱਖ ਬੂਟਾ ਉੱਧਰ ਲੱਗਾ ਵਾ। ਬਾਬਾ ਸੇਵਾ ਸਿੰਘ ਹੁਣੀ ਮੇਰੇ ਖਿਆਲ ਤੋਂ ਅੰਦਰ ਸਿਕਾਰ ਸੇਵਾ ਕੰਮ ਕਰਦੇ ਆ, ਪਿੰਡਾਂ ਦੇ ਵਿੱਚ ਉਹ ਲੋੜ ਆ ਕਿ ਇਹੋ ਜਿਹੇ ਉਪਰਾਲੇ ਕਰਨ ਦੀ। ਅੱਜ ਉੱਥੇ ਨਿਸ਼ਾਨੇ ਸਿੱਖੀ ਵੀ ਉੱਥੇ ਬਣਾਇਆ ਵਾ, ਇੱਕ ਅਦਾਰਾ ਬਣਾਇਆ ਵਾ, ਇੱਦਾਂ ਦੇ ਅਦਾਰੇ ਹੋਰ ਬਣਾਉਣ ਦੀ ਲੋੜ ਆ, ਤਾਂ ਜੋ ਕਮ ਸੇ ਕਮ ਲੋਕ ਜਿਹੜੇ ਆ ਵੱਧ ਤੋਂ ਵੱਧ ਇਸ ਦਾ ਲਾਹਾ ਲੈਣ ਅਤੇ ਗੁਰੂ ਦੇ ਨੇੜੇ ਲੱਗਣ। ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਲਈ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਸੇਜ ਇਹੀ ਦੇਣ ਦੀ ਕੋਸ਼ਿਸ਼ ਸੀ ਕਿ ਦੋਸਤੋ, ਗੁਰੂ ਘਰ ਜਾਈਏ ਤਾਂ ਇੱਕ ਨਿਮਾਣੇ ਸਿੱਖ ਬਣ ਕੇ ਜਾਈਏ, ਜਿਵੇਂ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗਾਗਰ ਚੁੱਕ ਕੇ ਸੇਵਾ ਕੀਤੀ। ਘਰੋਂ ਜਾਈਏ ਤਾਂ ਉੱਥੇ ਇਹ ਮਨ ਦੇ ਵਿੱਚ ਲੈ ਕੇ ਜਾਈਏ ਕਿ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੈ, ਨਾ ਕਿ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਉੱਥੇ ਲੱਗੇ ਨੇ, ਲੰਗਰ ਲੱਗੇ ਨੇ, ਉਹ ਖਾਣ ਦੇ ਮਨ ਦੇ ਵਿੱਚ ਲੈ ਕੇ ਜਾਈਏ। ਤਾਂ ਇਹ ਭਾਈ ਸਾਹਿਬ ਜੀ ਹੁਣਾਂ ਨੇ ਜਿਹੜਾ ਵਿਸਥਾਰ ਦੇ ਨਾਲ ਅੱਜ ਇਸ ਗੱਲ ਨੂੰ ਡੰਘਾਈ ਤੱਕ ਕੀਤਾ ਹੈ, ਅਤੇ ਨੌਜਵਾਨਾਂ ਨੂੰ ਇਹ ਮੈਸੇਜ ਦਿੱਤਾ ਹੈ ਕਿ ਵੱਡੇ ਬੁਲਟ ਦੇ ਪਟਾਕੇ ਅਤੇ ਵੱਡੇ ਟਾਇਰਾਂ ਅਤੇ ਟਰੈਕਟਰਾਂ ਟਰਾਲੀਆਂ ਨੂੰ ਸ਼ਿੰਗਾਰ ਕੇ ਨਹੀਂ, ਬਲਕਿ ਮਨ ਨੂੰ ਸਵਾਰ ਕੇ ਜੇ ਗੁਰੂ ਘਰ ਜਾਇਆ ਜਾਵੇ ਤਾਂ ਗੁਰੂ ਪਾਤਸ਼ਾਹ ਜਿਹੜੇ ਖੁਸ਼ ਹੁੰਦੇ ਨੇ। ਜੇਕਰ ਕਿਸੇ ਅੱਖਰ ਵਾਧਾ ਘਾਟਾ ਭੁੱਲ ਚੋ ਗੱਲਬਾਤ ਦੌਰਾਨ ਹੋਇਆ ਹੋਵੇ, ਸੰਗਤ ਖਿਮਾ ਜਾ ਚੁੱਕਿਆ, ਅਸੀਂ ਮਾਫ਼ੀ ਮੰਗਦੇ ਹਾਂ। ਤੁਸੀਂ ਬਣੇ ਰਹੋ ਸਾਡੇ ਨਾਲ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਦਿਓ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ, ਗ੍ਰੇਟ ਪੰਜਾਬ ਟੀਵੀ, ਤਰਨ ਤਾਰਨ।